ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਕੈਨੇਡਾ ਦੇ ਵਿੱਚ ਪੜ੍ਹਾਈ ਦਾ ਸਿਸਟਮ ਕਾਫੀ ਜ਼ਿਆਦਾ ਬਦਲ ਗਿਆ, ਦਾਖਲੇ ਦਾ ਸਿਸਟਮ ਵੀ ਬਦਲ ਗਿਆ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਟਾ ਤੈਅ ਹੋ ਗਿਆ ਕਿ ਕਿੰਨੇ ਸਟੂਡੈਂਟ ਉੱਥੇ ਹਰ ਸਾਲ ਜਾ ਸਕਣਗੇ। ਇੱਕ ਤਾਂ ਕੋਟਾ ਤੈਅ ਹੋਣ ਤੋਂ ਬਾਅਦ ਕਿੰਨੇ ਸਟੂਡੈਂਟ ਜਾ ਸਕਣਗੇ, ਦੂਸਰਾ ਕਿਹੜੇ ਕਿਹੜੇ ਮੁੱਖ ਕਾਲਜ ਨੇ, ਯੂਨੀਵਰਸਿਟੀਜ਼ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਤੁਸੀਂ ਇਹ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕਿਹੜੇ ਕਾਲਜ ਅਤੇ ਯੂਨੀਵਰਸਿਟੀ 'ਤੇ ਫੋਕਸ ਕਰੋ, ਕਿਉਂਕਿ ਕੋਟਾ। ਔਰ ਅਗਰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਾ ਮਿਲੀ ਫਿਰ ਵੀ ਵੀਜ਼ਾ ਨਹੀਂ ਲੱਗਣਾ, ਪਰ ਅਗਰ ਕੋਟਾ ਭਰ ਗਿਆ ਫਿਰ ਵੀ ਵੀਜ਼ਾ ਨਹੀਂ ਲੱਗਣਾ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਤੁਸੀਂ ਕੋਰਸ ਵੀ ਚੰਗਾ ਲਓ। ਅਗਰ ਕੋਰਸ ਮਾੜਾ ਲੈ ਲਿਆ ਫਿਰ ਵੀ ਵੀਜ਼ਾ ਨਹੀਂ ਲੱਗਣਾ, ਫਿਰ ਵੀ ਤੁਹਾਡੀ ਅੱਗੇ ਫਰਦਰ PR ਨਹੀਂ ਹੋਣੀ। ਔਰ ਤੁਸੀਂ ਛੇਤੀ ਛੇਤੀ ਕਾਲਜ ਵੀ ਨਹੀਂ ਬਦਲ ਸਕਦੇ, ਅਸੰਭਵ ਵਰਗਾ ਕੰਮ ਹੈ ਕਾਲਜ ਬਦਲਣਾ। ਇਸ ਕਰਕੇ ਕਾਲਜ ਅਤੇ ਯੂਨੀਵਰਸਿਟੀ ਪਹਿਲਾਂ ਹੀ ਸਹੀ ਚੂਜ਼ ਕਰਨੀ ਹੈ। ਜਸਮੀਤ ਭਾਟੀਆ ਜੀ ਸਾਡੇ ਨਾਲ ਨੇ, ਇਸ ਸ਼ੋਅ ਨੂੰ ਜ਼ਰੂਰ ਸ਼ੇਅਰ ਕਰੋ। ਮੈਂ ਆਮ ਤੌਰ 'ਤੇ ਕਦੀ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਸ਼ੇਅਰ ਕਰੋ, ਪਰ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ, ਇਹ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੋ। ਜਸਮੀਤ ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜਸਮੀਤ ਜੀ। ਹੁਣ ਇੱਕ ਤਾਂ ਕੋਟਾ ਦੱਸਿਓ, ਬ੍ਰਿਟਿਸ਼ ਕੋਲੰਬੀਆ ਦਾ ਕੋਟਾ ਕਿੰਨਾ, ਕਿਹੜੇ ਕਿਹੜੀਆਂ ਮੁੱਖ ਕਾਲਜ ਅਤੇ ਯੂਨੀਵਰਸਿਟੀਜ਼ ਨੇ? ਸੋ ਦੇਖੋ, ਪਿਛਲੇ ਸਾਲ ਜੋ ਬ੍ਰਿਟਿਸ਼ ਕੋਲੰਬੀਆ 'ਤੇ ਵੀਜ਼ਾ ਨੰਬਰ ਸੀ, ਦੇ ਵਰ 97,000। ਸੋ ਜ਼ਿਆਦਾ ਫਰਕ ਨਹੀਂ ਪਿਆ ਬ੍ਰਿਟਿਸ਼ ਕੋਲੰਬੀਆ ਨੂੰ, ਜੇ ਅਸੀਂ ਦੇਖਿਆ ਜਾਏ ਤਾਂ 83,000 ਦਾ ਲਿਮਿਟ ਦਿੱਤੀ ਗਈ ਹੈ ਐਪਲੀਕੇਸ਼ਨਸ ਇਸ਼ੂ ਕਰਨ ਦੀ। ਯਾਨੀ ਕਿ 83,000 ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਇਸ਼ੂ ਹੋਣਗੀਆਂ ਬ੍ਰਿਟਿਸ਼ ਕੋਲੰਬੀਆ ਦੇ ਕਾਲਜਿਸ ਦੀ। ਸੋ ਸਮਹਾਓ ਜਿਹੜੇ ਬਾਕੀ ਜਿੰਨੇ ਵੀ ਕਾਲਜਿਸ ਹੈਗੇ ਆ ਉਹਨਾਂ ਸਾਰਿਆਂ ਦੀ ਜਿਹੜੀ ਲਿਮਿਟ ਹੈਗੀ ਆ ਆਲਮੋਸਟ ਸੇਮ ਹੈ ਫੋਰ ਦੇਅਰ ਕਾਲਜਿਸ ਜਿੰਨੇ ਵੀ ਇਸ਼ੂ ਕਰ ਰਹੇ ਸੀ ਆਫਰ ਲੈਟਰਸ। ਸੋ ਜ਼ਿਆਦਾ ਫਰਕ ਨਹੀਂ ਪਿਆ। ਔਰ ਸੈਕਿੰਡਲੀ ਅਸੀਂ ਜੇ ਗੱਲ ਕਰਦੇ ਹਾਂ ਤਾਂ ਜਿਹੜੀ 83,000 ਤੋਂ ਦੇ ਆਰ ਕੀਪਿੰਗ ਸਕਸੈਸ ਰੇਟ ਐਟ 60%, ਮਤਲਬ ਕਿ 50,000 ਵੀਜ਼ਾਸ ਇਸ਼ੂ ਹੋਣਗੇ। ਸੋ ਸਟੂਡੈਂਟਸ ਇਹ 'ਚ ਡਰਨ ਦੀ ਲੋੜ ਨਹੀਂ ਹੈਗੀ, ਬਿਕੋਜ਼ ਦੇਖੋ ਨਾਈਜੀਰੀਆ ਦਾ ਜਿਹੜਾ ਸਕਸੈਸ ਰੇਟ ਹੈ ਉਹ 20% ਹੈ, ਗਾਨਾ ਦਾ ਸਕਸੈਸ ਰੇਟ 25% ਹੈ, ਰਵਾਂਡਾ ਦਾ ਸਕਸੈਸ ਰੇਟ ਉਸ ਤੋਂ 25-30% ਦੇ ਵਿੱਚ ਹੈ, ਫਿਲੀਪੀਨਸ ਦਾ ਸਕਸੈਸ ਰੇਟ ਵੀ 60-70% ਹੈ, ਨੇਪਾਲ ਦਾ ਸਕਸੈਸ ਰੇਟ 60-70% ਹੈ, ਪਾਕਿਸਤਾਨ ਦਾ ਸਕਸੈਸ ਰੇਟ ਲੋ ਹੈ, ਇੰਡੀਆ ਤੋਂ ਬਹੁਤ ਲੋ ਹੈ, 50-50 ਹੈ। ਇੰਡੀਆ ਦਾ ਸਕਸੈਸ ਰੇਟ ਲਾਸਟ ਈਅਰ 87% ਸੀ। ਸੋ ਇੰਡੀਅਨ ਸਟੂਡੈਂਟ ਨੂੰ ਇਹ ਸਕਸੈਸ ਰੇਟ ਨਾਲ ਡਰਨ ਦੀ ਲੋੜ ਨਹੀਂ ਹੈਗੀ, ਬਟ ਉਹਨਾਂ ਨੇ ਓਵਰਆਲ ਵਰਲਡ ਦਾ ਜਿਹੜਾ ਸਕਸੈਸ ਰੇਟ ਹੈ ਦੈਟ ਇਜ਼ 59.4% ਕੱਢਿਆ। ਸੋ ਇਸ ਲਈ ਮੈਂ ਤੁਹਾਨੂੰ ਦੱਸਿਆ ਕਿ ਹਰ ਕੰਟਰੀ ਦਾ ਸਕਸੈਸ ਰੇਟ ਡਿਫਰੈਂਟ ਹੈਗਾ। ਸੋ ਵੇਅਰ ਐਜ਼ ਇੰਡੀਅਨ ਸਟੂਡੈਂਟ ਦਾ ਮੈਨੂੰ ਲੱਗਦਾ ਕਿ 80% ਸਕਸੈਸ ਰੇਟ ਰਹੇਗਾ ਹੀ ਰਹੇਗਾ। ਸੋ ਸਟੂਡੈਂਟਸ, 83,000 ਚੋਂ 50,000 ਇਸ਼ੂਜ਼ ਵੀਜ਼ਾ ਇਸ਼ੂ ਕੀਤੇ ਜਾਣਗੇ, ਜਿਹੜੇ ਕਿ ਲਾਸਟ ਈਅਰ 62,000 ਸੀ। ਸੋ ਓਵਰਆਲ ਜੇ ਦੇਖਿਆ ਜਾਏ ਤਾਂ ਕੋਈ ਜ਼ਿਆਦਾ ਗੈਪ ਨਹੀਂ ਹੈਗਾ, ਬਟ ਇਟ ਇਜ਼ ਗੋਇੰਗ ਟੂ ਬੀ ਫਸਟ ਕਮ ਫਸਟ ਸਰਵ ਬੇਸਿਸ। ਜਿਹੜੇ ਸਟੂਡੈਂਟਸ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰ ਦਿੱਤੀ ਜਾਏਗੀ, ਉਹ ਸਟੂਡੈਂਟ ਨੂੰ ਦੁਬਾਰਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮੈਨੂੰ ਲੱਗਦਾ ਲੈਣੀ ਔਖੀ ਹੋ ਜਾਣੀ ਹੈ। ਸੋ ਸਟੂਡੈਂਟ, ਤੁਸੀਂ ਕੋਸ਼ਿਸ਼ ਕਰੋ ਕਿ ਇੱਕੋ ਹੀ ਕਾਲਜ 'ਚ ਅਪਲਾਈ ਕਰੋ, ਉਸੇ ਕਾਲਜ ਦੀ ਫੀਸ ਭਰੋ, ਕਿਉਂਕਿ ਬਾਰ ਬਾਰ ਪ੍ਰੋਵਿੰਸ ਤੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈਣੀ ਡਿਫਿਕਲਟ ਹੋ ਜਾਏਗੀ। ਪਹਿਲਾਂ ਬੱਚੇ ਕਰਦੇ ਸੀ 4 ਜਗ੍ਹਾ ਅਪਲਾਈ ਕਰਤਾ, ਫਿਰ ਇੱਕ 'ਚੋਂ ਚੂਜ਼ ਕਰਕੇ ਅਸੀਂ ਫੀ ਡਿਪੋਜ਼ਿਟ ਕੀਤੀ। ਸੋ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਤੁਹਾਨੂੰ ਜਲਦ ਤੋਂ ਜਲਦ ਜਿਹੜੀ ਆਫਰ ਲੈਟਰ ਆ ਜਾਂਦੀ ਹੈ ਉਹਦੇ 'ਤੇ ਤੁਹਾਨੂੰ ਫੀਸ ਡਿਪੋਜ਼ਿਟ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦਾ ਮਤਲਬ ਹੈ ਆਫਰ ਲੈਟਰ ਦੀ ਵੈਲਿਊ ਘੱਟ ਹੈ, ਫੀਸ ਡਿਪੋਜ਼ਿਟ ਕਰਨ ਦੀ ਵੈਲਿਊ ਜ਼ਿਆਦਾ। ਉਹ ਤਾਂ ਪਹਿਲਾਂ ਵੀ ਇਸੇ ਚੀਜ਼ 'ਤੇ ਰਹੀ ਸੀ, ਬਿਕੋਜ਼ ਉੱਥੋਂ ਹੀ ਪ੍ਰੂਵ ਹੋਏਗਾ ਕਿ ਤੁਸੀਂ ਕਿੰਨੇ ਸੀਰੀਅਸ ਹੋ। ਬਟ ਕਾਫੀ ਸਾਰੇ ਕਾਲਜਿਸ ਨੇ, ਜਿਵੇਂ ਸੈਂਟੀਨੀਅਲ ਕਾਲਜ ਇੱਕ ਸੋਫਟਵੇਅਰ ਲੈ ਕੇ ਆ ਰਿਹਾ ਬਾਰਡਰ ਪਾਸ, ਸੋ ਕਾਫੀ ਸਾਰੇ ਕਾਲਜਿਸ ਫਿਲਟਰ ਵੀ ਕਰਨਗੇ। ਉਹ ਪਹਿਲਾਂ ਚੈੱਕ ਕਰਨਗੇ ਕਿ ਤੁਸੀਂ ਐਲੀਜੀਬਲ ਹੋ ਵੀਜ਼ਾ ਲੈਣ ਲਈ ਕਿ ਨਹੀਂ, ਪਰ ਜੇ ਤੁਸੀਂ ਐਲੀਜੀਬਲ ਨਹੀਂ ਹੈਗੇ ਵੀਜ਼ਾ ਲੈਣ ਲਈ ਤਾਂ ਤੁਹਾਨੂੰ ਉਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਦੇਣਗੇ, ਭਾਵੇਂ ਤੁਹਾਨੂੰ ਪ੍ਰੀ ਕੁਆਲੀਫਾਈਂਗ ਆਫਰ ਲੈਟਰ ਦੇ ਦੇਣ, ਭਾਵੇਂ ਤੁਸੀਂ ਫੀਸ ਭਰ ਦਿਓ ਤਾਂ ਵੀ।
ਨਹੀਂ ਫੀਸ ਉਹੀ ਬੱਚਾ ਭਰੇਗਾ ਉਹਨੂੰ ਹੀ ਆਫਰ ਮਿਲੇਗੀ ਪਰ ਕਾਫੀ ਸਾਰੇ ਕਾਲਜਿਸ ਇਹ ਜ਼ਰੂਰ ਦੇਖਣਗੇ ਕਿ ਕਿਹੜੇ ਬੱਚੇ ਨੂੰ ਆਫਰ ਦੇਣੀ ਹੈ ਕਿ ਨਹੀਂ ਦੇਣੀ ਕਿਉਂਕਿ ਇੱਕ ਵਾਰੀ ਜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋ ਗਈ ਤਾਂ ਉਹ ਦੁਬਾਰਾ ਇਸ਼ੂ ਨਹੀਂ ਹੋ ਸਕਦੀ ਕਾਲਜ ਨਹੀਂ ਇਸ਼ੂ ਕਰ ਸਕਦਾ ਉਹਨਾਂ ਦੀ ਵੇਸਟ ਹੋ ਗਏ ਸਪੋਜ਼ ਇੱਕ ਕਾਲਜ ਨੂੰ 1200 ਨੰਬਰ ਮਿਲੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰਨ ਦੇ ਸੋ ਸਪੋਜ਼ ਉਹਨਾਂ ਦੀਆਂ 10 ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੇਸਟ ਹੋ ਗਈਆਂ ਦੁਬਾਰਾ ਇਸ਼ੂ ਨਹੀਂ ਹੋ ਸਕਦੀਆਂ ਸੋ ਸਟੂਡੈਂਟਸ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆਉਣਾ ਕਿ ਤੁਹਾਡੇ ਲਈ ਵੀ ਇੱਕ ਸੀਟ ਬੁੱਕ ਹੈ ਉਸ ਪ੍ਰੋਵਿੰਸ 'ਚ ਇੰਟਰ ਪ੍ਰੋਵਿੰਸ਼ੀਅਲ ਚੇਂਜਿਸ ਹੋ ਪਾਣਗੇ ਨਹੀਂ ਹੋ ਪਾਣਗੇ ਇਹਦੇ ਬਾਰੇ ਹਾਲੇ ਅਪਡੇਟ ਆਉਣਾ ਬਾਕੀ ਹੈ ਸੋ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਕਾਲਜਿਸ ਦੀ ਗੱਲ ਕਰ ਲੈਂਦੇ ਹਾਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਕੁਆਂਟਨਮ ਪੋਲੀਟੈਕਨਿਕ ਯੂਨੀਵਰਸਿਟੀ ਜਸਟਿਸ ਇੰਸਟੀਚਿਊਟ ਆਫ ਬ੍ਰਿਟਿਸ਼ ਕੋਲੰਬੀਆ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਅਲੈਗਜ਼ੈਂਡਰ ਕਾਲਜ ਨੌਰਥ ਆਈਲੈਂਡ ਕਾਲਜ ਕਾਲਜ ਆਫ ਦ ਰੌਕੀਜ਼ ਸੈਲਕ੍ਰਿਕ ਕਾਲਜ ਨੌਦਰਨ ਲਾਈਟਸ ਕਾਲਜ ਸੋ ਜਿੰਨੇ ਵੀ ਇਹ ਕਾਲਜਿਸ ਹੈਗੇ ਮੈਂ ਤੁਹਾਨੂੰ ਦੱਸਿਆ ਇਹਨਾਂ ਸਾਰਿਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋਣਗੀਆਂ ਔਰ ਲਿਸਟ ਬੜੀ ਲੰਬੀ ਹੈ ਹੋਰ ਵੀ ਕਾਲਜਿਸ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਡੈਫੀਨੇਟਲੀ ਸਟੂਡੈਂਟਸ ਤੁਸੀਂ ਜਲਦ ਤੋਂ ਜਲਦ ਅਪਲਾਈ ਕਰੋ ਇਫ ਯੂ ਆਰ ਲੁਕਿੰਗ ਫੋਰ ਬ੍ਰਿਟਿਸ਼ ਕੋਲੰਬੀਆ ਕਿਉਂਕਿ ਬ੍ਰਿਟਿਸ਼ ਕੋਲੰਬੀਆ ਤੁਹਾਨੂੰ ਪਤਾ ਹੀ ਹੈ ਕਿ ਬੜਾ ਹੀ ਅਟਰੈਕਟਿਵ ਪ੍ਰੋਵਿੰਸ ਹੈ ਐਂਡ ਡੈਫੀਨੇਟਲੀ ਬੀਸੀ ਦਾ ਵੈਦਰ ਵੀ ਕਾਫੀ ਜ਼ਿਆਦਾ ਵਧੀਆ ਆਪਣੇ ਇੰਡੀਅਨ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦਾ ਔਰ ਅਪਰਚੁਨਿਟੀਜ਼ ਵੀ ਬਹੁਤ ਜ਼ਿਆਦਾ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਜਸਮੀਤ ਭਾਟੀਆ ਜੀ ਨੇ 90413 90412 ਤੁਸੀਂ ਅਪਲਾਈ ਕਰਨਾ ਹੈ ਅਤੇ ਤੁਰੰਤ ਇਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰੋ ਵਟਸਐਪ ਨੰਬਰ 'ਤੇ ਆਪਣਾ ਪ੍ਰੋਫਾਈਲ ਭੇਜੋ ਜਸਮੀਤ ਜੀ ਦੇ ਨਾਲ ਗੱਲ ਕਰੋ ਥੈਂਕ ਯੂ ਸੋ ਮਚ ਥੈਂਕ ਯੂ